और तरना दाल हरिया मेलों के जिंदा शहीद संत बाबा निहाल सिंह जी दमदमी टिस्पाल के मुखी संत ज्ञानी धन सिंह जी खालसा अते होर बेअं अज आप 37वां सजोड़ 1984 का कलू घारे का दिहाड़ा बड़ी भावना सहित मना रहे हैं। अज शहीदों ਆਪਾਂ ਉਹਨਾਂ ਦੀ ਯਾਦ 'ਚ ਜੀ ਉਹਨਾਂ ਨੂੰ ਨਤਮਸਤਕ ਹੋਣ ਆਏ ਹਾਂ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਤਮਸਤਕ ਹੋਣ ਆਏ ਹਾਂ ਤਾਂ ਕਿ ਅਸੀਂ ਉਹੋ ਜਿਹੇ ਵਰਤਾਰਿਆਂ ਤੋਂ ਹੁਣ ਸਿੱਖੀਏ, ਉਹਨੂੰ ਨਸੂਰ ਨਾ ਬਣਾਈਏ, ਸੂਰਜ ਬਣਾਈਏ, ਉਹ ਤੋਂ ਸੇਧ ਅਤੇ ਸਿੱਖਿਆ ਲਈਏ। ਅਤੇ ਇੱਕ ਜੋ ਇਸ ਸਥਾਨ ਤੋਂ ਇੱਕ ਸਾਂਝੀਵਾਲਤਾ ਦਾ ਅਤੇ ਸੱਚ ਦਾ ਅਤੇ ਆਪਸ 'ਚ ਜਿਹੜੀ ਆਪਾਂ ਕਹੀਏ ਵੀ ਇੱਕ ਦੂਜੇ ਨਾਲ ਸਾਨੂੰ ਚੰਗਾ ਰਿਸ਼ਤਾ ਬਣਾ ਕੇ ਰੱਖਣ ਦਾ ਸੁਨੇਹਾ ਹਮੇਸ਼ਾ ਹੀ ਮਿਲਦਾ। ਜਦੋਂ ਦਰਬਾਰ ਸਾਹਿਬ ਆਉਂਦੇ ਹਾਂ ਅਤੇ ਗੁਰੂ ਸਾਹਿਬ ਕੋਲ ਆ ਕੇ ਨਤਮਸਤਕ ਹੁੰਦੇ ਹਾਂ, ਫਿਰ ਉੱਥੇ ਤਾਂ ਸਾਡਾ ਮਨ ਇੱਕ ਤਾਂ ਚੜ੍ਹਦੀ ਕਲਾ 'ਚ ਆ, ਇੱਕ ਉਹਦਾ ਭਾਣੇ ਮੰਨਣ 'ਚ ਹਮੇਸ਼ਾ ਰਹਿਣਾ ਚਾਹੀਦਾ। ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਗੱਲ ਕੀਤੀ ਉਹ ਨਹੀਂ ਜਾ ਸਕਦੀ। ਲੇਕਿਨ ਹਾਕਮ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਦਾ ਤਸ਼ੱਦਦ ਢਾਇਆ ਗਿਆ ਸੀਗਾ, ਕਿ ਲੱਗਦਾ ਕਿ ਅੱਜ ਵੀ ਭੁੱਲਿਆ ਜਾ ਸਕਦਾ ਉਸ ਤਰ੍ਹਾਂ ਦਾ ਤਸ਼ੱਦਦ? ਨਹੀਂ ਨਹੀਂ, ਭੁੱਲਿਆ ਤਾਂ ਕਦੇ ਨਹੀਂ ਜਾ ਸਕਦਾ। ਦੇਖੋ ਜਿਹੜੀਆਂ ਸਾਡੇ ਪੰਜਾਬ 'ਤੇ ਸਾਡੀ ਕੌਮ 'ਤੇ ਜਿਸ ਤਰ੍ਹਾਂ ਦਾ ਤਸ਼ੱਦਦ ਉਸ ਟਾਈਮ ਹੋਇਆ, ਇਹ ਜੇ ਕੌਮਾਂ ਭੁਲਾ ਦਿੰਦੀਆਂ ਤਾਂ ਆਪਦੇ ਇਤਿਹਾਸ ਤੋਂ ਮੁਨਕਰ ਹੋ ਜਾਂਦੀਆਂ, ਉਹਨਾਂ ਸ਼ਹੀਦਾਂ ਤੋਂ, ਉਹਨਾਂ ਸ਼ਖਸੀਅਤਾਂ ਤੋਂ ਮੁਨਕਰ ਹੋ ਜਾਂਦੀਆਂ ਜਿਨ੍ਹਾਂ ਨੇ ਹੱਕ ਅਤੇ ਸੱਚ ਦੀ ਲੜਾਈ ਲੜੀ ਆ, ਹੱਕ ਅਤੇ ਹਕੂਕ ਦੀ ਲੜਾਈ ਲੜੀ ਆ ਲੋਕਾਂ ਨੇ। ਸੋ ਸਰਕਾਰਾਂ ਨੇ ਤਾਂ ਹਮੇਸ਼ਾ ਹੀ ਤਸ਼ੱਦਰ ਕੀਤੇ ਆ, ਪਰ ਸਾਡੇ ਜਿਹੜੇ ਦੇਖੋ ਜੁਝਾਰੂ ਬੰਦੇ ਆ, ਉਹਨਾਂ ਨੇ ਇਤਿਹਾਸ 'ਚ ਇੱਕ ਆਪਦੀ ਥਾਂ ਬਣਾ ਲਈ ਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਤੋਂ ਸਬਕ ਵੀ ਲੈਣਾ, ਸਬਕ ਹੀ ਲੈਣਾ ਵੀ ਕਿਸ ਤਰ੍ਹਾਂ ਅਸੀਂ ਆਪਦੇ ਹੱਕਾਂ ਦੀ ਲੜਾਈ ਆਪਦੀ ਆਵਾਜ਼ ਬੁਲੰਦ ਕਰੀਏ, ਉਹਨਾਂ ਤੋਂ ਪ੍ਰੇਰਨਾ ਵੀ ਲੈਣੀ ਆ ਅਤੇ ਸੇਧ ਵੀ ਲੈਣੀ ਆ। ਇਹ ਸਾਰੇ ਵਰਤਾਰੇ ਤੋਂ ਅਸੀਂ ਤਾਂ ਹੀ ਇਹ ਕਿਹਾ ਵੀ ਇਹ ਨਸੂਰ ਨਹੀਂ ਹੈ, ਇਹ ਸਾਡੇ ਲਈ ਤਾਂ ਸੂਰਜ ਆ। ਅਸੀਂ ਇਹ ਤੋਂ ਨਸੂਰ ਹੁੰਦਾ ਜਿਹੜਾ ਥੋੜ੍ਹੀ ਥੋੜ੍ਹੀ ਰਿਸਦਾ ਰਹੇ, ਉਹ ਤੁਹਾਨੂੰ ਦਰਦ ਦਿੰਦਾ ਰਹੇ, ਸਾਨੂੰ ਦਰਦ ਨਹੀਂ ਦਿੰਦਾ, ਸਾਨੂੰ ਪ੍ਰੇਰਨਾ ਅਤੇ ਸੇਧ ਦਿੰਦੀ ਆ ਇਹ ਸਾਰੀ ਜਿਹੜੀ ਗੱਲ ਉਸ ਵੇਲੇ ਵਾਪਰੀ 84 'ਚ। ਅਤੇ ਇਸੇ ਕਰਕੇ ਉਹ ਜਿਹੜੇ ਸ਼ਹੀਦ ਹੋਏ ਆ ਆਪਦੀਆਂ ਜਾਨਾਂ ਵਾਰ ਕੇ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸੇ ਆਵਾਜ਼ ਨੂੰ ਬੁਲੰਦ ਰੱਖ ਸਕਣ। ਸ਼੍ਰੋਮਣੀ ਕਮੇਟੀ ਵੱਲੋਂ ਤੁਸੀਂ ਇਹਦੇ ਤੋਂ ਇਹ ਦੇਖ ਸਕਦੇ ਹੋ ਵੀ ਅੱਜ ਦੀ ਡੇਟ 'ਚ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਆਈ ਹੈ ਨਾ ਕੌਮ 'ਚ, ਉਹ ਬਹੁਤ ਬਾਕਮਾਲ ਆ। ਉਹ ਕਲੈਕਟਿਵ ਕੌਨਸ਼ੀਅਸਨੈਸ ਸਾਨੂੰ ਇਹ ਵੀ ਸਿਖਾਉਂਦੀ ਆ ਵੀ ਅਸੀਂ ਹੁਣ ਇੱਕ ਹੋ ਜਾਈਏ, ਹੁਣ ਨਿਖੜੀਏ ਨਾ, ਖਿੰਡੀਏ ਨਾ ਰਹੇ, ਹੈ ਨਾ। ਸੋ ਇਸ ਕਰਕੇ ਦੇਖੋ ਬੜਾ ਜ਼ੋਰ ਲਾਇਆ ਸਰਕਾਰਾਂ ਨੇ, ਬਹੁਤ ਜ਼ੋਰ ਲਾਇਆ ਵੀ ਇਹਨੂੰ ਭੁੱਲ ਜਾਓ, ਇਹਨੂੰ ਯਾਦ ਨਾ ਕਰੋ, ਪਰ 37 ਸਾਲਾਂ ਬਾਅਦ ਉਹ ਬੀੜ ਮਹਾਰਾਜ ਦੀ ਕੱਢਣੀ ਪਈ ਨਾ, ਦਿਖਾਉਣੀ ਪਈ। ਅੱਜ ਤੱਕ ਇਹਨਾਂ ਨੇ ਕੀ ਕੀਤਾ ਤੁਸੀਂ ਦੇਖੋ, ਜ਼ਿਲ੍ਹਿਆਂ ਵਾਲੇ ਬਾਗ 'ਚ ਜਿਹੜੇ ਗੋਲੀਆਂ ਦੇ ਨਿਸ਼ਾਨ ਆ, ਕਿਵੇਂ ਜਾਲੀਆਂ ਲਾ ਲਾ ਕੇ ਉਹਨਾਂ ਨੇ ਸੁਰੱਖਿਅਤ ਰੱਖੇ ਆ, ਕਿਉਂ ਸਾਨੂੰ ਸਭ ਪਤਾ ਕਿਉਂ, ਕਿਉਂਕਿ ਇਹ ਇੰਡੀਆ ਦੇ ਉਸ 'ਚ ਆਜ਼ਾਦੀ 'ਚ, ਪਰ ਇੱਥੇ ਵੀ ਤਾਂ ਹੱਕ ਅਤੇ ਹਕੂਕ ਦੀ ਗੱਲ ਹੋਈ। ਜਿਹੜੀਆਂ 300 ਗੋਲੀਆਂ ਵੱਜੀਆਂ ਸੀ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਆ, ਹੁਣ ਐਡੀ ਅਜ਼ਮਤ ਹੋਵੇ, ਉਹਦੀ ਸ਼ਾਨੋ ਸ਼ੌਕਤ ਹੋਵੇ, 300 ਗੋਲੀਆਂ ਵੱਜੀਆਂ, ਤੁਸੀਂ ਦੇਖੋ ਅੱਜ ਸਾਡੇ ਕੋਲ ਕੋਈ ਨਿਸ਼ਾਨ ਹੈਗਾ? ਸਭ ਇਸ ਕਰਕੇ ਸਭ ਤੋਂ ਪਹਿਲੀ ਗੱਲ ਜਦੋਂ ਸਾਨੂੰ ਸਮਝਣੀ ਪਊ ਨਾ, ਇਹ ਤਾਂ ਕੌਮ ਨੇ ਹਿੱਕ ਦੀ ਜ਼ੋਰ 'ਤੇ ਲੜਾਈ ਲੜੀ ਆ 37 ਸਾਲ, ਅਤੇ ਉਹ 84 ਵੇਲੇ, ਉਦੋਂ ਬਾਅਦ 37 ਸਾਲ ਸਾਡੀਆਂ ਸੰਸਥਾਵਾਂ ਨੇ ਸਾਡਾ ਸਾਥ ਨਹੀਂ ਦਿੱਤਾ। ਪਹਿਲਾਂ ਸਾਨੂੰ ਸੰਸਥਾਵਾਂ ਨੂੰ ਵੀ ਨਾਲ ਲੈਣਾ ਪਊਗਾ। ਇੰਡੀਵਿਜੁਅਲੀ ਬੜੀ ਇੱਕ ਲਿਮਿਟੇਸ਼ਨ ਹੁੰਦੀ ਆ ਬੰਦਿਆਂ ਲਈ ਲੜਾਈ ਲੜਨ ਦੀ, ਪਰ ਵਾਕਈ ਇਸ ਕੌਮ ਨੂੰ ਬਹੁਤ ਵੱਡਾ ਸਿਹਰਾ ਜਾਂਦਾ, ਹਿੱਕ ਦੇ ਜ਼ੋਰ 'ਤੇ ਲੜੇ ਅੱਜ ਤੱਕ ਸਰਕਾਰਾਂ ਦੇ ਉਲਟ ਖੜ ਕੇ। ਅੱਜ ਕਲੈਕਟਿਵ ਕੌਨਸ਼ੀਅਸਨੈਸ ਦੇਖੋ ਕਿਸ ਤਰ੍ਹਾਂ ਕਿਸ ਲੈਵਲ 'ਤੇ ਕੌਮ 'ਚ ਆ ਗਈ ਬਾਈ ਜੀ। ਦੇਖੋ ਗੱਲ ਇਹ ਹੈ ਨਾ, ਉੱਥੇ ਵੀ ਹੱਕ ਅਤੇ ਹਕੂਕ ਦੀ ਗੱਲ ਹੋ ਰਹੀ ਹੈ, ਇੱਥੇ ਵੀ ਹੱਕ ਅਤੇ ਹਕੂਕ ਦੀ ਗੱਲ ਹੋਈ ਸੀ। ਜਿੱਥੇ ਹੱਕ ਅਤੇ ਹਕੂਕ ਦੀ ਗੱਲ ਹੁੰਦੀ ਆ ਉੱਥੇ ਪਰਮਾਤਮਾ ਵਸਦਾ। ਇਸ ਲਈ ਆਪਾਂ ਜੇ ਇਹ ਕਹੀਏ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਹ ਸਟੇਜ ਵੱਲੋਂ, ਜਾਂ ਇੱਥੇ ਜਿਵੇਂ ਆਪਾਂ ਮਨਾ ਰਹੇ ਹਾਂ ਇਸ ਦਿਹਾੜੇ ਨੂੰ, ਹੈ ਨਾ, ਜਾਂ 84 'ਚ ਜੋ ਸਾਡੇ ਨਾਲ ਵਾਪਰਿਆ, ਇਹਨੂੰ ਜਿੱਥੇ ਹੱਕ ਅਤੇ ਹਕੂਕ ਦੀ ਗੱਲ ਹੋਵੇ, ਜਿੱਥੇ ਸੰਘਰਸ਼ੀ ਲੋਕ ਬੈਠੇ ਹੋਣ, ਉਹਨਾਂ ਸਾਰਿਆਂ ਨੂੰ ਇਹ ਸਾਨੂੰ ਦਿਹਾੜਾ ਅਤੇ ਇਹ ਹਫ਼ਤਾ ਮਨਾਉਣਾ ਚਾਹੀਦਾ। ਸ਼ਿਵ ਸੈਨਾ ਆਗੂ ਸੁਦੀਪ ਸਿੰਘ ਦਾ ਕਹਿਣਾ ਹੈ ਕਿ ਦੀਪ ਸਿੱਧੂ ਖਾਲਿਸਤਾਨ ਦੇ ਨਾਅਰੇ ਲਗਾ ਰਹੇ ਨੇ, ਦੀਪ ਸਿੱਧੂ ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਨਹੀਂ ਜੀ, ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦੀਪ ਸਿੱਧੂ ਨੇ ਹਮੇਸ਼ਾ ਖੁਦਮੁਖਤਿਆਰੀ ਦੀ ਗੱਲ ਕੀਤੀ ਆ, ਫੈਡਰਲ ਢਾਂਚੇ ਦੀ ਗੱਲ ਕੀਤੀ ਆ, ਹੈ ਨਾ, ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਕਰਨ ਦੀ ਗੱਲ ਕੀਤੀ ਆ। ਹੁਣ ਜਿਹੜੀ ਵੀ ਗੱਲ ਕਿਤੋਂ ਹੋਰ ਆਉਂਦੀ ਆ, ਮੰਨ ਲਓ ਖਾਲਿਸਤਾਨ ਦੀ, ਜਿਹੜੇ ਖਾਲਿਸਤਾਨ ਦੀ ਵੀ ਗੱਲ ਕਰਦੇ ਆ ਬਾਈ, ਜਿਹੜੀਆਂ ਮੈਚੋਰ ਡੈਮੋਕ੍ਰੇਸੀਜ਼ ਹੁੰਦੀਆਂ ਨਾ, ਉਹ ਹਰ ਤਰ੍ਹਾਂ ਦੀ ਐਸਪੀਰੇਸ਼ਨ ਨੂੰ ਅਕੋਮੋਡੇਟ ਕਰਦੀਆਂ।
है ना। सुप्रीम कोर्ट भी साडा ये कहता भी एक पीसफुल एस्पीरेशन जो खालिस्तान की गल पीसफुली कर रहे हो वो कोई गलत नहीं है। जो सुप्रीम कोर्ट नहीं रोक रहा तो मैनू लगता कोई होर सानू रोके इस गल तो, क्योंकि लोगों दी भावना बड़ियां हो सकती हैं एक डेमोक्रेसी च, इस खिते च, इस देश च वख वख तरह की कौमियत जुड़ के एक यूनियन पैदा की गई है, है ना। इतिहास में आप सेंस ऑफ हिस्टरी को आपके अंदरों ही भुला दीए। सो उन्होंने एस्पीरेशनस नू जे असी कहांगे कोई जगह ही नहीं दिंदे फिर तो साडी डेमोक्रेसी या साडी मैच्योरिटी च कमी है। खालिस्तान दी आपां गल करिए खालिस्तान दी जिहड़े बंदे साडे मंग करदे आ उहनां दी गल भी सुनो, उहनां नूं तुसीं खूंजे जिवें ला देना इह कहि के भी इह एंटी नैशनल आ जां इह देश धरोई आ, इह गल तां हुण मेरे ख्याल च सानूं सिखणी पऊगी, सानूं मैच्योरिटी सिखणी पऊगी।